ਜੇਸੀਬੀ ਨਾਲ ਕੀਤੇ ਜਾ ਰਹੇ ਕੰਮ ਦੀਆਂ ਇਹ ਤਸਵੀਰਾਂ ਖੰਨਾ ਸ਼ਹਿਰ ਦੇ ਫਲਾਈਓਵਰ ਦੀਆਂ ਨੇ, ਜਿੱਥੇ ਮਿੱਟੀ ਖਿਸਕਣ ਦੇ ਨਾਲ ਪੁਲ ਉੱਪਰ ਵੱਡਾ ਢੋਆ ਪੈ ਗਿਆ। ਗਨੀਮਤ ਰਹੀ ਹੈ ਕਿ ਇਸ ਦੌਰਾਨ ਕਿਸੇ ਵੀ ਕਿਸਮ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ, ਪਰ ਇਸ ਸਭ ਨੇ ਪੁਲ ਬਣਾਉਣ ਵਾਲੀ ਕੰਪਨੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ। ਸਥਾਨਕ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਕਿ ਕੰਪਨੀ ਦੇ ਵੱਲੋਂ ਪੁਲ ਬਣਾਉਣ ਦੇ ਲਈ ਬੜੇ ਹੀ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਜਾ ਰਿਹਾ, ਜਿਸ ਦੇ ਨਾਲ ਕਦੇ ਵੀ ਕੋਈ ਵੀ ਵੱਡਾ ਹਾਦਸਾ ਹੋ ਸਕਦਾ, ਜਿਸ ਨਾਲ ਪਤਾ ਹੀ ਨਹੀਂ ਕਿੰਨੀਆਂ ਬੇਕਸੂਰ ਅਤੇ ਕੀਮਤੀ ਜਾਨਾਂ ਜਾ ਸਕਦੀਆਂ ਨੇ। ਜਿਹੜਾ ਕੰਮ ਹੈ ਸਾਡੇ ਹਿਸਾਬ ਨਾਲ ਤਾਂ ਬਹੁਤ ਹੀ ਘਟੀਆ ਲੈਵਲ ਦਾ ਕੰਮ ਕੀਤਾ ਹੋਇਆ ਇੱਥੇ, ਕਿਉਂਕਿ ਤੁਸੀਂ ਦੇਖੋ ਇਹਨੂੰ ਅਜੇ ਤਾਂ ਜਿਹੜੀ ਇਹ ਨੈਸ਼ਨਲ ਹਾਈਵੇ ਦਾ ਵਰਕ ਵੀ ਪੂਰਾ ਨਹੀਂ ਹੋਇਆ। ਲੁਧਿਆਣੇ ਦਾ ਪੁਲ ਵਿੱਚ ਬਹੁਤ ਸਾਰੇ ਜਿਹੜੇ ਓਵਰ ਬ੍ਰਿਜ ਨੇ ਇਨਕੰਪਲੀਟ ਪਏ ਨੇ, ਉਹ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਤੁਸੀਂ ਆ ਪਿੱਛੇ ਗੋਬਿੰਦਗੜ੍ਹ ਕੋਲ ਜਾ ਕੇ ਦੇਖ ਲਓ, ਇਹਨਾਂ ਨੇ ਵਿਚਾਲੋਂ ਸਾਰੀ ਪੱਟ ਦਿੱਤੀ ਹੈ, ਜਿਹੜੀ ਪ੍ਰੀਮਿਕਸ ਪਾਈ ਹੋਈ ਹੈ ਉਹ ਵੀ ਦੁਬਾਰਾ ਦੁਬਾਰਾ ਪਾ ਰਹੇ ਨੇ, ਤੋ ਇੱਕ ਟਾਕੀਆਂ ਲਾਉਣ ਵਾਲਾ ਕੰਮ ਹੋਇਆ ਪਿਆ। ਇਹ ਨੈਸ਼ਨਲ ਹਾਈਵੇ ਤਾਂ ਲੱਗਦੀ ਨਹੀਂ ਵੀ ਨੈਸ਼ਨਲ ਹਾਈਵੇ ਦਾ ਵਰਕ ਹੋਇਆ ਵਿਆ ਇੱਥੇ। ਨੰਬਰ ਦੋ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਵੀ ਜਿਵੇਂ ਹੁਣ ਅੱਜ ਇੱਥੇ ਖੰਨੇ ਦੇ ਵਿੱਚ ਰੇਲਵੇ ਰੋਡ ਦੇ ਓਪੋਜਿਟ ਜਿਹੜੀ ਉੱਪਰ ਬ੍ਰਿਜ ਦੇ ਪੁਲੀ ਟੁੱਟੀ ਹੈ, ਇਹ ਤਾਂ ਮੇਨ ਪੁਲੀ ਹੈ, ਸਿਵਲ ਹੋਸਪਿਟਲ ਨੂੰ ਜਾਂਦੀ ਹੈ, ਰੇਲਵੇ ਰੋਡ ਨੂੰ ਜਾਂਦੀ ਹੈ, ਅਤੇ ਇਹਦੇ ਵਿੱਚ ਤੁਸੀਂ ਦੇਖੋ ਇਹ ਟੁੱਟ ਕੇ ਖੱਡਾ ਕਿੱਡਾ ਵੱਡਾ ਪੈ ਗਿਆ, ਇਹ ਤਾਂ ਮਿੱਟੀ ਵਿੱਚ ਧੱਸ ਗਈ, ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ, ਜਾਨੀ ਮਾਨੀ ਜਾਨੀ ਨੁਕਸਾਨ ਕਿੰਨਾ ਵੀ ਹੋ ਸਕਦਾ ਇਹਦੇ ਵਿੱਚ। ਅਤੇ ਵੱਡੀ ਪ੍ਰੋਬਲਮ ਕੀ ਹੈ ਵੀ ਇੱਥੇ ਕੋਈ ਅਥਾਰਟੀ ਦਾ ਕੋਈ ਨੀਅਰ ਬਾਈ ਇੱਥੇ ਆਫਿਸ ਹੀ ਨਹੀਂ ਹੈ, ਨਾ ਡਿਵੀਜ਼ਨ ਲੈਵਲ 'ਤੇ ਨਾ ਡਿਸਟ੍ਰਿਕਟ ਲੈਵਲ 'ਤੇ। ਇਹਨਾਂ ਦੇ ਜਿਹੜੇ ਆਫਿਸ ਨੇ ਅੰਬਾਲਾ, ਜਲੰਧਰ, ਦਿੱਲੀ ਤੱਕ ਹੈਗੇ ਆ, ਜਿੱਥੇ ਨਾ ਅਪਰੋਚ ਹੋ ਸਕਦੀ ਹੈ, ਨਾ ਕਿਸੇ ਅਧਿਕਾਰੀ ਨੂੰ ਅਸੀਂ ਕਹਿ ਸਕਦੇ ਹਾਂ ਜਾ ਕੇ। ਇਸ ਬਾਰੇ ਜਦੋਂ ਕੰਪਨੀ ਦੇ ਪ੍ਰੋਜੈਕਟ ਇੰਜੀਨੀਅਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਨੂੰ ਕੁਦਰਤੀ ਆਪਦਾ ਦੱਸਦੇ ਹੋਏ ਨਜ਼ਰ ਆਏ। ਐਕਚੁਅਲੀ ਕਹਿਣਾ ਜੀ, ਬਾਰਿਸ਼ ਕੀ ਵਜ੍ਹਾ ਸੇ ਨਾ ਮਿੱਟੀ ਪੈ ਗਈ, ਇਸਕੀ ਵਜ੍ਹਾ ਸੇ ਸੈਟਲਮੈਂਟ ਹੋ ਗਿਆ। ਕਿਤਨੀ ਮਿੱਟੀ ਨਿਕਲ ਗਈ ਹੋਗੀ ਨੀਚੇ? ਮਿੱਟੀ ਨਿਕਲੀ ਹੈ। ਅੱਛਾ, ਔਰ ਇਹ ਦੱਬ ਗਿਆ ਥਾ? ਹਾਂਜੀ, ਇਹ ਥੋੜ੍ਹਾ ਪਾਣੀ ਨਿਕਲਦੇ ਸੀ, ਸੈਟਲਮੈਂਟ ਹੋ ਗਿਆ ਸੀ, ਉਸ ਪਰ ਪਾਣੀ ਨਿਕਲਦੇ ਸੀ, ਉਸ ਨੂੰ ਥੋੜ੍ਹਾ ਸੈਟਲਮੈਂਟ ਹੋ ਗਿਆ ਥਾ। ਅੱਛਾ, ਅਬ ਕਿਤਨੇ ਟਾਈਮ ਮੇਂ ਸਹੀ ਹੋ ਜਾਏਗਾ? ਇਹ ਤਾਂ ਬਸ ਆਜ ਕੱਲ ਤੱਕ ਕਮਰੇ ਵਿੱਚ ਕੋਈ ਸੈਟਲਮੈਂਟ ਕਰ ਦੇਗੇ। ਨਹੀਂ, ਇਸ ਕਾ ਜੇ ਜਾਨੀ ਨੁਕਸਾਨ ਉਹ ਨਹੀਂ ਹੋ ਸਕਦਾ ਥਾ, ਜੈਸੇ ਹੋ ਜਾਂਦਾ ਗਿਰ ਜਾਤਾ ਜਾਂ ਕੁਛ ਹੋਰ ਮਿੱਟੀ ਨਿਕਲ। ਇਸਕੋ ਅੰਡਰ ਆਬਜ਼ਰਵੇਸ਼ਨ ਰੱਖਾ ਹੁਆ ਥਾ, ਹਮਾਰੀ ਟੀਮ ਇਸਕੋ ਕੰਟੀਨਿਊ ਵਾਚ ਕਰ ਰਹੀ ਥੀ, ਔਰ ਹਮਨੇ ਆਪਣੀ ਟੋਟਲ ਟੀਮ ਸਟੈਂਡਬਾਈ ਪਰ ਰੱਖੀ ਹੋਈ ਥੀ, ਔਰ ਹਮਨੇ ਇਸੀ ਲਈ ਇਸਕੋ ਤੁਰੰਤ ਕੰਟੈਕਟਰ ਮੋਬਲਾਈਜ਼ ਕਰਕੇ ਇਸਕੋ ਰਿਪੇਅਰ ਕਾ ਕੰਮ। ਨਹੀਂ, ਜਦ ਆਪਨੇ ਟੀਮ ਰੱਖੀ ਹੋਈ ਥੀ ਪਹਿਲੇ ਕਿਉਂ ਨਹੀਂ ਕਰਵਾਇਆ ਇਸਕੋ? ਆਲਰੇਡੀ ਕਰਵਾਇਆ, ਕੱਲ ਵੀ ਕੰਮ ਕੀਤਾ ਥਾ ਹਮਨੇ, ਕੱਲ ਸਾਰਾ ਜਿੰਨਾ ਮਿੱਟੀ ਥਾ ਉਹ ਨਿਕਲਵਾਇਆ, ਉੱਪਰ ਤੇ ਵੀ ਸਟੋਵੇਜ ਦੇ ਉੱਪਰ ਸੇ ਮਿੱਟੀ ਫਿਲ ਕਰਵਾਇਆ, ਐਸਾ ਨਹੀਂ ਹੈ, ਹਮਨੇ ਸਾਥ ਹੀ ਸਾਥ ਕੰਮ ਚਾਲੂ ਕਰ ਦਿਆ ਥਾ ਉਸਕੋ। ਨਹੀਂ, ਪਹਿਲੇ ਐਸੇ ਕਮਜ਼ੋਰ ਹੀ ਕਿਉਂ ਬਣਾਇਆ ਗਿਆ? ਬਿਲਕੁਲ ਕਮਜ਼ੋਰ ਨਹੀਂ ਬਣਾਇਆ ਗਿਆ, ਅਭੀ ਇਹ ਨੈਸ਼ਨਲ ਡਿਜ਼ਾਸਟਰ ਹੈ, ਇਸਮੇਂ ਕੋਈ ਕੁਛ ਨਹੀਂ ਕਰ ਸਕਦਾ, ਇਹ ਬਾਰਿਸ਼ ਕਾ ਕਿਸੀ ਕੇ ਹੱਥ ਮੇਂ ਨਹੀਂ ਥਾ, ਇਹ ਤਾਂ ਨੈਚੁਰਲ ਬਾਰਿਸ਼ ਕਾ ਹੈ, ਇਹ ਕਮਜ਼ੋਰ ਨਹੀਂ ਹੋਤੀ ਇਸ ਬੱਚੀ ਹੈ। ਨਹੀਂ, ਸਭੀ ਬੋਲ ਹੈ, ਸਭੀ ਸੇ ਮਿੱਟੀ ਐਸੇ ਹੀ ਨਿਕਲ ਰਹੀ ਹੈ। ਜੋ ਦਾਸ ਸਾਹਿਬ, ਜੋ ਉੱਤਰਾਖੰਡ ਮੇਂ ਜੋ ਬਾਰਿਸ਼ ਹੋਤੀ ਹੈ, ਜਿਸ ਸੇ ਰੋਡ ਬਹਿਤੇ ਹੈ, ਪਾਣੀ ਗਿਰਤੀ ਹੈ, ਕਿਆ ਉਹ ਕਮਜ਼ੋਰ ਬਣੇ ਹੋਤੇ ਹੈ? ਨਹੀਂ ਹੋਤਾ, ਨੈਚੁਰਲ ਡਿਜ਼ਾਸਟਰ ਹੈ, ਇਸ ਸੇ ਕਿਸ ਸੇ ਕਿਸੀ ਕਾ ਹੱਥ ਨਹੀਂ ਹੋਤਾ, ਇਹ ਬਾਰਿਸ਼ ਹੈ, ਪਾਣੀ ਹੈ, ਇਹ ਕਹੀਂ ਸੇ ਕਹੀਂ ਤੇ ਕੁਛ ਵੀ ਖਰਾਬ ਕਰ ਸਕਤੀ ਹੈ। ਹਾਲਾਂਕਿ ਕੰਪਨੀ ਦੇ ਇੰਜੀਨੀਅਰ ਇਸ ਨੂੰ ਕੁਦਰਤੀ ਆਪਦਾ ਦੱਸ ਰਹੇ ਨੇ, ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਕਿਸਮ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਤਾਂ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੁੰਦਾ? ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ, ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।